ਐਤਕੀ 45 ਤੋਂ 50 ਲੀਟਰ ਦੁੱਧ ਵਿੱਚ ਹੀ ਕਰੇਗੀ ਜ਼ਿੰਦਾਬਾਦ। ਤੇ ਵੇਖੋ ਹਾਂ ਕਿੰਜ ਪੀੜੀ ਦੇ ਪਾਵੇਂ ਦਏ। ਮਾਸ਼ਾਅੱਲਾ ਜੀ, ਚੰਗਾ ਚੌਰਸ ਲਿਬਾਸ ਹੈ। ਡੋਗਰ ਸਾਹਿਬ ਮੰਨਦਾ ਵੇ ਜਾਂ ਡੇਢ ਮੰਨਦਾ? ਰਾਜ ਸਾਹਿਬ ਜਿੰਨਾ ਮਰਜ਼ੀ ਕਹਿ ਲਓ, ਇੰਜ ਬੰਦੇ ਖਿਲਾਰਦੇ ਨੇ। ਇੱਧਰ ਵੇਖੋ, ਐ ਸਾਹਮਣੇ ਆ ਕੇ ਦੱਸੋ, ਇਹਦੇ ਤੇ ਬੰਦਾ ਵੇ ਜਿੰਜੂ ਤੁਸੀਂ? ਇੰਜ ਭਰਾ ਬਾਵਾ ਖਿਲਾਰਦੇ ਨੇ, ਇੰਨੀਆਂ ਤੇ ਨਹੀਂ ਖਿਲਾਰਨੀਆਂ। ਜੇ ਵੇਖੋ ਖਿਲਾਰਨ ਨੂੰ ਦਿਲ ਵੀ ਕਰਦਾ। ਇਹਦੇ ਤੇ ਬੰਦਾ ਮਾਸ਼ਾਅੱਲਾ ਜੀ, ਤੁਸੀਂ ਜਿੰਜ ਬਾਵਾ ਖਿਲਾਰੀਏ ਨਾ, ਕਰ ਜੰਮਦੀਆਂ ਹੀ ਨਹੀਂ। ਇਹ ਡੋਗਰ ਸਾਹਿਬ ਹਰ ਵੀਡੀਓ 'ਚ ਸ਼ਾਮਲ ਹੀ ਨਹੀਂ ਹੁੰਦੀਆਂ ਮਾਸ਼ਾਅੱਲਾ ਜੀ। ਇਹ ਵੀ ਬੋਦੀ ਵਾਲੀ, ਇਹ ਮੋਨੀ ਹੈ ਮਾਸ਼ਾਅੱਲਾ ਜੀ। ਮਾਸ਼ਾਅੱਲਾ ਜੀ, ਇਹ ਚੈੱਕ ਕਰੋ ਜੀ, ਘਰ ਘਰ ਜੰਮਦੀਆਂ ਨੇ। ਵੇਖੋ ਹਾਂ, ਜ਼ਿੰਦਾਬਾਦ। ਸ਼ਰਾਫਤ ਵੇਖਣੀ ਹੈ, ਕਾਲੇ ਥਣ ਲੱਗੇ ਨੇ ਥਣਾਂ ਦੀ ਬੜੀ ਚੈੱਕ ਕਰਨੀ ਹੈ ਜਿਵੇਂ ਪੀੜੀ ਦੇ ਪਾਵੇ ਨੇ। ਮਾਸ਼ਾਅੱਲਾ ਜੀ, ਲਿਬਾਸ ਹੈ ਵੀ ਜੀ, ਜਿਹੜਾ ਪਿਛਲੀ ਸਾਈਡ ਤੇ ਵੀ ਨਜ਼ਰ ਆਉਂਦਾ ਪਿਆ, ਫਰੰਟ ਸਾਈਡ ਤੇ ਵੀ ਨਜ਼ਰ ਆਉਂਦਾ ਪਿਆ। ਮੁਕੰਮਲ ਜਸਾਮਤ ਦੋਸਤਾਂ ਵੇਖਣੀ ਭਾਈ, ਇੱਥੇ ਖਿਲਾਰਨੀ ਹੈ। ਖੂਬਸੂਰਤੀ ਚੈੱਕ ਕਰਨੀ ਹੈ ਮਾਸ਼ਾਅੱਲਾ ਜੀ। ਪ੍ਰਿੰਟ ਜ਼ਬਰਦਸਤ ਹੈ ਤੇ ਥਾਣਾ ਜੀ, ਜਿਵੇਂ ਪੀੜੀ ਦੇ ਪਾਵੇ ਲੱਗੇ ਹੋਣ। ਸਵਾ ਦੂਸਰਾ ਸੋਹਣਾ ਡੋਗਰ ਸਾਹਿਬ ਹੁਣ ਨੇ ਇਹੋ ਜਿਹੇ ਨੇ 45-50 ਨਹੀਂ ਕਰਨਾ ਤੇ ਫਿਰ ਕੀ ਕਰਨਾ? ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਜੁਮੇਰਾਤ ਦਾ, ਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੀ ਸ਼ਾਨ ਮਾਸ਼ਾਅੱਲਾ ਜੀ, ਬ੍ਰੈਂਡ ਵਪਾਰੀ ਤੇ ਸ਼ੇਰੇ ਪੰਜਾਬ ਸਰਦਾਰ ਆਸਮ ਡੋਗਰ ਸਾਹਿਬ ਦੇ ਡੇਰੇ ਤੋਂ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ, ਡੋਗਰ ਸਾਹਿਬ ਨੇ ਅੱਜ ਕਹਿਣ ਤੇ ਮਜਬੂਰ ਕੀਤਾ ਕਿ ਡੋਗਰ ਵਾਕਈ ਸ਼ੇਰੇ ਪੰਜਾਬ ਹੈ। ਮਾਸ਼ਾਅੱਲਾ ਜੀ, ਡੋਗਰ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ ਚਾਰ ਖੂਬਸੂਰਤ ਟਾਪ ਕਲਾਸ ਅਸਲੀ ਤੇ ਨਸਲੀ ਸ਼ੋਕੀਆ ਜਾਨਵਰ ਲੈ ਕੇ ਆਏ ਨੇ। ਤੇ ਮਾਸ਼ਾਅੱਲਾ ਜੀ, ਅੱਜ ਦੀ ਇਸ ਵੀਡੀਓ 'ਚ 35-40 ਕਿਲੋ ਰਿਕਾਰਡ ਵਾਲੀ ਪਹਿਲਵਾਨ ਖੂਬਸੂਰਤ ਗਾਂ ਵੀ ਮੌਜੂਦ ਹੈ। ਕਮ ਅਜ਼ ਕਮ ਕੀਮਤ ਹੈ ਜੀ 2,10,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਰੇਟ ਹੈ, ਕੀਮਤ ਹੈ, ਉਹ ਵੀ ਮਲੂਮ ਕਰਨੇ ਹਾਂ। ਡੋਗਰ ਸਾਹਿਬ ਆਓ ਜੀ ਸਾਹਮਣੇ, ਸ਼ੇਰੇ ਪੰਜਾਬ ਦੇ ਅੱਗੇ ਆਈਓ ਜੀ। ਅਸਲਾਮੁ ਅਲੈਕੁਮ। ਅੱਲਾ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਿਆਦਾ ਕਰਾਂ ਮੈਂ ਡੋਗਰ ਸਾਹਿਬ ਜੀ। ਉਹ ਜਿਹਾ ਸਾਹਮਣੇ ਤੋਹਫਾ, ਤੁਹਾਡੀ ਆਵਾਜ਼ ਜ਼ਰਾ ਸਹੀ ਨਿਕਲਣੀ ਚਾਹੀਦੀ, ਪਤਾ ਲੱਗੇ ਕਿ ਵਾਕਈ ਅੱਜ ਬ੍ਰੈਂਡ ਆਏ ਨੇ। ਕੀ ਹਾਲ ਹੈ ਜਨਾਬ ਦਾ? ਠੀਕ ਹੋ? ਸ਼ੁਕਰ ਅਲਹਮਦੁਲਿਲਾਹ ਭਾਈ ਸਾਹਿਬ। ਸਿਲਸਿਲਾਵਾਰ ਵੀਡੀਓ ਵੇ, ਹਰ ਜੁਮੇਰਾਤ ਵਾਲੇ ਦਿਨ ਅੱਛਾ ਸ਼ੋਅ ਕਰਾਉਂਦੇ ਹੋ ਮਾਸ਼ਾਅੱਲਾ ਜੀ। ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਸੀਲ ਦਸਕਾ ਜ਼ਿਲ੍ਹਾ ਸਿਆਲਕੋਟ, ਗਾਉਂ ਪੀਰੋ ਚੱਕ। ਉਮੀਦ ਕਰਨੇ ਸਾਰੇ ਦੋਸਤ ਬਾਬ ਖੈਰ ਕਰੇ ਉਹਨਾਂ ਨੂੰ ਹੋਣਗੇ। ਤੇ ਸਾਡੀ ਵੀਡੀਓ ਨੂੰ ਦੇ ਵਿੱਚ ਕਮੈਂਟ ਕਰਦੇ ਨੇ, ਲਾਈਕ ਕਰਦੇ ਨੇ, ਸ਼ੇਅਰ ਕਰਦੇ ਨੇ, ਆਪਣੀ ਰਾਏ ਦਾ ਇਜ਼ਹਾਰ ਕਰਦੇ ਨੇ। ਸਾਰਿਆਂ ਦਾ ਸ਼ੁਕਰੀਆ ਕਰਨ ਦਾ ਅਦਾ ਕਰਾਂਗਾ। ਅਤੇ ਅੰਦਰੂਨੇ ਮੁਲਕ ਜਾਂ ਬਰੂਨੇ ਮੁਲਕ ਜੋ ਜਿੰਨੇ ਵੀ ਦੋਸਤ ਵੀਡੀਓ ਨੂੰ ਆਪਣਾ ਟਾਈਮ ਕੱਢ ਕੇ ਵੀਡੀਓ ਦੇਖਦੇ ਨੇ, ਉਹਨਾਂ ਦਾ ਮੈਂ ਜਿੰਨਾ ਵੀ ਸ਼ੁਕਰੀਆ ਅਦਾ ਕਰਾਂ ਥੋੜ੍ਹਾ। ਅਤੇ ਇੱਥੇ ਤਾਂ ਇੱਕ ਸਕਿੰਟ ਦਾ ਵੇਲ ਨਹੀਂ, ਬਿਲਕੁਲ ਜੀ 15-20 ਮਿੰਟ ਵੀਡੀਓ ਨੂੰ ਲੱਗਦੇ ਨੇ ਵੇਖਦੇ ਹਾਂ। ਅਤੇ ਭਰਾ 20 ਮਿੰਟ ਸਾਡੇ ਵਾਸਤੇ ਕੱਢਦੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਮਾਸ਼ਾਅੱਲਾ ਜੀ, ਕਰਾਈਏ ਸ਼ੌਕ। ਆਓ ਜੀ ਤਸਵਰ ਸਾਹਿਬ, ਨਾਲੇ ਮਾਸ਼ਾਅੱਲਾ ਕਹੋ ਅਤੇ ਨਾਲੇ ਜਾਨਵਰਾਂ ਦਾ ਸ਼ੌਕ ਕਰਾਓ। ਇਹ ਮਾਸ਼ਾਅੱਲਾ ਜੀ ਜਿਹੜਾ ਸਾਹਮਣੇ ਤੋਹਫਾ ਨਜ਼ਰ ਆ ਰਿਹਾ ਦੋਸਤਾਂ ਨੂੰ, ਇਹਦੀ ਵੀ ਤਸੱਲੀ ਕਰਾਉਂਦੇ ਹਾਂ। 4 ਜਾਨਵਰ ਨੇ ਟੋਟਲ, ਲੇਕਿਨ 4 ਬ੍ਰਾਂਡ ਨੇ ਮਾਸ਼ਾਅੱਲਾ ਜੀ। ਅੱਲਾਹ ਪਾਕ ਦਾ ਸ਼ੁਕਰ ਹੈ ਭਾਈ ਤਸਵਰ, ਤੁਸੀਂ ਸੁਣਾਓ ਠੀਕ ਹੋ? ਸੁਣਨੇ ਦਾ ਬੜਾ ਆਸਾਨ, ਠੀਕ ਆਏ ਤੇ ਰਿਕਾਰਡ ਹੀ ਬਣਾ ਹੜਿਆ ਜੀ ਮਾਸ਼ਾਅੱਲਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਆਖਣ ਦਾ ਦਿਲ ਕਰਦਾ ਪਿਆ ਤੁਹਾਡਾ ਵੀ। ਬਿਲਕੁਲ ਜੀ, ਅਸੀਂ ਤਾਂ ਕਹਿੰਦੇ ਹਾਂ ਵੀ ਮਾਸ਼ਾਅੱਲਾ ਜਿੱਦੂ ਦੇ ਡੇਰੇ ਤੇ ਵੜੇ ਆ ਤੁਹਾਡੇ, ਖਿਲਾਰੋ ਮਾਸ਼ਾਅੱਲਾ ਜੀ। ਨੰਬਰ ਆ ਗਈ ਹੈ 1 ਤੇ, ਜਾ ਤੇ ਟੁਰ ਗਈ ਆ ਹੀ ਜਾਏ ਜੀ। ਜੀ ਡੋਗਰ ਸਾਹਿਬ, ਜ਼ਰਾ ਮਿਹਰਬਾਨੀ ਕਰਨੀ, ਤੂੰ ਅੱਜੋ ਅੱਗੇ ਕਰਨੀ, ਵੀਡੀਓ ਅੱਛੀ ਬਣਵਾਉਣੀ ਹੈ। ਮਾਸ਼ਾਅੱਲਾ ਜੀ, ਨੰਬਰ 1 ਤੇ ਆ ਗਈ ਲਿਬਾਸ, ਦੋਸਤਾਂ ਵੇਖਣਾ, ਥਣ ਵੀ ਚੈੱਕ ਕਰ ਲੈਣੇ ਨੇ। ਜਾ ਕੀ ਭਾਈ ਤਸਵਰ, ਪਿੱਛੇ ਦੇ ਪਿੱਛੇ ਦੇ ਬੱਚੀ ਹੈ ਮਾਸ਼ਾਅੱਲਾ ਜੀ।
ਡੋਗਰ ਸਾਹਿਬ ਦਿਨ ਸਤਵਾਂ ਦੱਸਿਆ ਮਾਸ਼ਾਅੱਲਾ ਜੀ, ਖੂਬਸੂਰਤੀ ਦੋਸਤਾਂ ਵੇਖਣੀ ਹੈ, ਪਿੱਛੇ ਜਾ ਕੇ ਦੱਸਿਆ ਅੱਜ ਪਿੱਛੇ ਬੱਚੀ ਕਰਮਾਲੀਆਂ ਦੋ ਹੀ ਨੇ ਮਾਸ਼ਾਅੱਲਾ ਜੀ, ਦੋਵੇਂ ਹੀ ਤੋਹਫੇ ਨੇ, ਨਾੜੂ ਵੀ ਨਜ਼ਰ ਆ ਰਿਹਾ ਬੱਚੀ ਦਾ, ਦੋਸਤਾਂ ਵੀ ਚੈੱਕ ਕਰਨਾ ਭਾਈ, ਸਬਰ ਬੱਚੀ ਦਾ ਚਿਹਰਾ ਵੀ ਚੈੱਕ ਕਰਾਓ ਜੀ, ਇਹ ਚੈੱਕ ਕਰੋ ਮਾਸ਼ਾਅੱਲਾ ਜੀ ਸਾਹਿਬ, ਛੋਟੀ ਜਿਹੀ ਗੱਲ ਦੱਸਾਂਗਾ ਕਰਾਂਗਾ, ਨਾਰਾਜ਼ ਨਾ ਕੋਈ ਭਰਾ ਹੋਏ ਜੀ ਜੀ, ਸਾਡਾ ਡੇਰਾ ਸੈਟਅਪ ਸਭ ਕੁਛ ਹਰ ਬੰਦੇ ਨੇ ਵੇਖਿਆ, ਅਗਰ ਕੋਈ ਕਸਟਮਰ ਆਨਲਾਈਨ ਚੀਜ਼ ਲੈਂਦਾ ਨਹੀਂ ਦੇਖਿਆ ਕੌਣ ਹੈ ਕਿੱਥੋਂ ਦਾ, ਬਿਲਕੁਲ ਦੇਖਿਆ, ਅਤੇ 8-7 ਸਾਲਾਂ 'ਚ ਕੰਮ ਕਰਦਿਆਂ ਹੋ ਗਏ ਨੇ, 4 ਸਾਲ ਦੇ ਵੀਡੀਓ ਬਣਵਾਉਂਦਿਆਂ ਵੀ ਹੋ ਗਏ ਨੇ, ਅਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਡੇਰੇ ਗਏ ਹਾਂ ਅਤੇ ਜਾ ਕੇ ਜਾਨਵਰ ਨੇ ਪਸੰਦ ਆਇਆ ਅਤੇ ਸਾਡਾ ਟੋਕਨ ਵੀ ਰੱਖਿਆ ਗਿਆ, ਵਿਆਹ ਤੋਂ ਉਹਦਾ ਟੋਕਨ ਵੀ ਫਿਰ ਵਾਪਸ ਕੀਤਾ, ਇਹ ਹੋਇਆ ਕਿ ਕਿਸੇ ਜਾਨਵਰ ਡਕਵਾ ਦਿੱਤਾ ਨਾ ਨਹੀਂ ਲਿਆ ਅਤੇ ਬਾਅਦ ਉਹਦਾ ਵੀ ਟੋਕਨ ਵਾਪਸ ਕੀਤਾ, ਜਦੋਂ ਕਿਤੇ ਉਹਨੇ ਮੰਗਿਆ ਬਣਦਾ ਨਹੀਂ, ਇੱਕ ਵਾਰੀ ਧਿਆਨ ਦੱਸਿਆ 50,000 ਰੁਪਏ ਇੱਕ ਬੰਦੇ ਟੋਕਨ ਕਰਾਇਆ ਸੀ, 2 ਗਾਈਆਂ ਡਕਾਈਆਂ ਸੀ, ਬਾਅਦ ਉਹਦਾ 50 ਵਾਪਸ ਕੀਤਾ ਸੀ, ਜ਼ਿੰਦਾਬਾਦ, ਅੱਛੀ ਸੋਚ ਮਾਸ਼ਾਅੱਲਾ, ਅਤੇ ਯਾਰ ਇੱਥੇ ਆਈ ਹੋ ਬਹੁਤੀ ਖੁਸ਼ੀ ਹੈ, ਤੁਸੀਂ ਆਓ ਇੱਥੇ ਨਾਲੇ ਦੋਵੇਂ ਭਰਾ ਬਹਿ ਕੇ ਜਿਹੜਾ ਵੀ ਭੈਣ ਭਰਾ ਹੁੰਦਾ ਰੋਟੀ ਪਾਣੀ ਖਾਵਾਂਗੇ, ਜਿੰਨੇ ਜੋਗੇ ਹਾਂ ਮਿੱਸੀ ਲੂਣੀ ਖਵਾਵਾਂਗੇ, ਜਿੰਨੇ ਜੋਗੇ ਹਾਂ ਹਾਜ਼ਰ ਉਸ ਭਰਾ ਦੀ ਖਿਦਮਤ ਕਰਾਂਗੇ, ਅਤੇ ਇੰਝ ਨਹੀਂ ਹੁੰਦਾ ਕਿ ਜਾਨਵਰ ਲੋਡ ਕਰਾ ਕੇ ਭੇਜ ਦਿਓ ਫਿਰ ਪੇਮੈਂਟ, ਜਾਂ ਪੇਮੈਂਟ ਅਸੀਂ ਗੱਡੀ ਭੇਜ ਦਿੰਦੇ ਹਾਂ ਫਿਰ ਪੇਮੈਂਟ, ਯਾਰ ਉਂਝ ਮੁਨਾਸਿਬ ਨਹੀਂ ਹੁੰਦਾ, ਜਿਹਨੂੰ ਪਸੰਦ ਹੋਏ ਪਹਿਲੇ ਨੰਬਰ 'ਤੇ ਤਾਂ ਸੌਦਾ ਟੋਕਨ 'ਤੇ ਡਨ ਹੁੰਦਾ, ਅੱਜ ਮੈਂ ਵਾਜ਼ਿਆ ਕਰਕੇ ਦੱਸਾਂਗਾ 20,000 ਰੁਪਏ ਟੋਕਨ 'ਤੇ ਸੌਦਾ ਡਨ ਹੋਏਗਾ ਜੀ, ਬਿਹਤਰ ਹੋ ਗਿਆ ਜਿਹਦੇ ਨਾਲ ਵੀ ਹੋਏਗਾ, ਪਿਛਲੀ ਵਾਰੀ 10,000 ਰੁਪਏ ਬੰਦੇ ਨੇ ਵੈੜੀ ਦਾ ਕਿਰਾਇਆ ਟੋਕਨ ਵੈੜੀ ਡਕਵਾ ਤੀ, ਉਹਦੇ ਸ਼ਾਰਟ ਸਕਰੀਨ ਵੀ ਮੇਰੇ ਮੋਬਾਈਲ ਦੇ ਵਿੱਚ ਮੌਜੂਦ ਹੈ, ਅਤੇ ਵਾਧੂ ਉਸ ਤੋਂ ਬਾਅਦ ਉਸ ਬੰਦੇ ਰਾਬਤਾ ਹੀ ਨਹੀਂ ਕੀਤਾ, ਨੰਬਰ ਹੀ ਬੰਦ ਹੈ, ਚਲੋ ਕੋਈ ਨਹੀਂ, ਲਾਇਆ ਰੱਖੇ, ਬਸ ਇਹ ਇੰਝ ਕਰਨਾ ਨਹੀਂ ਚਾਹੀਦਾ, ਨੰਬਰ ਹੀ ਉਹਦਾ ਬੰਦ ਹੈ, ਠੀਕ ਹੈ, ਅਤੇ ਵੈੜੀ ਮੇਰੀ ਮਾਸ਼ਾਅੱਲਾ ਚੰਗੀ ਹੈ, ਲਈ ਵੀ ਬੜੇ ਦਿਰਤ ਵਾਲੇ ਥਾਂ ਤੋਂ ਮੈਂ, ਬਾਈ ਜ਼ਰਾ ਪਰਤਾਇਓ ਘਰ ਦੀ ਹੋਈ ਘਰ ਦੀ ਇੱਕ ਹਿਸਾਬ ਨਾਲ, ਠੀਕ ਹੈ, ਸੁਆ ਦੂਸਰਾ ਹੈ, ਸੁਆ ਦੂਸਰਾ ਖਿਲਾ ਰਹੇ ਹੋ ਜੀ, ਮਾਸ਼ਾਅੱਲਾ ਜੀ ਲਿਬਾਸ ਚੰਗਾ ਕੀਤਾ, ਚੰਗੀ ਸ਼ਾਨਦਾਰ ਚੀਜ਼, ਫਸਲ ਦਾ ਮੌਸਮ ਥੋੜ੍ਹਾ ਜਿਹਾ ਚੇਂਜ ਹੁੰਦਾ, ਪਸੰਦ ਦਸਾ ਸ਼ੁਰੂ ਹੁੰਦਾ, ਅਤੇ ਇਹ ਵੈੜੀ 20 ਕਿਲੋ ਤੋਂ ਉੱਤੇ ਜਾਏਗੀ, ਹੈ ਵੀ ਦੂਜਾ ਸੁਆ, ਇਹ ਸੁਆ ਦੂਸਰਾ ਵੇ ਪਿੱਛੇ ਬੱਚੀ ਕਰ 20 ਕਿਲੋ ਪਿਛਲੇ ਸੁਏ ਕਰਦੀ ਰਹੀ ਹੈ, ਹੁਣ ਕਿੰਨਾ ਦੁੱਧ ਹੈ ਡੋਗਰ ਸਾਹਿਬ ਦੇ ਕੋਲ, ਸਾਹਿਬ ਇਸ ਟਾਈਮ ਜਿਹੜਾ ਠੰਡਾ ਕਰਕੇ ਉਹਨੇ ਠੰਡਾ ਕਰਕੇ 16 ਕਿਲੋ ਧਾਰਾਂ ਨੇ ਇਹਦੇ ਕੋਲ ਠੰਡੀਆਂ, ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਭਰਾ ਦੋਸਤ ਨਾਲ ਦਾ ਮੇਰੇ ਨਾਲ ਸੁਦਾ ਹੀ ਹੈ, ਬੱਚੀ ਦੇਣਾ ਚਾਹੇ 40,000 ਰੁਪਏ ਦੀ ਬੱਚੀ ਮੈਨੂੰ ਦੇ ਸਕਦਾ, 7 ਦਿਨਾਂ ਦੀ, ਇਹਦੀ ਨਸਲ ਕੀ ਹੈ ਡੋਗਰ ਸਾਹਿਬ ਗਾਂ ਦੀ, ਮਾਲਕ ਦਾ ਫਜ਼ਲ ਨਾਲ ਸੋਹਣਾ ਹੀ ਹੈ, ਕੀ ਕੀ ਮੈਂ ਡੋਗਰ ਸਾਹਿਬ ਫਾਈਨਲ ਯੈਸ, ਤੈਨੂੰ ਕਿਸੇ ਭਰਾ 3,65,000 ਰੁਪਏ ਜਿਹਨੂੰ ਪਸੰਦ ਹੋਇਆ ਬਿਆਨਾ ਕਰਵਾ ਦੇਣੇ ਤੇ ਕੋਈ ਗੱਲ, 3,65,000 16 ਕਿਲੋ ਦੁੱਧ ਦੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੱਸਿਆ ਜੀ, ਚਵਾਈ ਚਵਾਈ ਦਾ 4-5 ਦਿਨ ਚਵਾਈ ਚਵਾਈ, ਜ਼ਿੰਦਾਬਾਦ, ਉਹੀ ਲਿਬਾਸ ਵੇਖ ਕੇ ਲੱਗਦਾ ਬੱਚਾ, ਠੀਕ ਹੈ।
ਤੇ ਅੱਲਾ ਦੇ ਫਜ਼ਲ ਨਾਲ ਵੈੜੀ ਦੁੱਧ ਕਰੇਗੀ 24-25 ਕਿਲੋ। ਠੀਕ ਹੈ, ਥੋੜਾ ਜਿਹਾ ਮੌਸਮ ਚੇਂਜ ਹੁੰਦਾ ਜਿਹਦੇ ਮਸਾਲੇ ਦੀ ਬੂਟੀ ਟੁੱਟਦੀ ਹੈ। ਸ਼ਹਿ ਚੰਗੀ ਹੈ, ਮਸਲਨ ਥੋੜੀ ਜਿਹੀ ਗੁੱਤੀ ਹੋਏ ਤੇ ਇੰਜ ਦੀ 5.5 ਦੀ ਵੀ ਕੋਈ ਨਹੀਂ ਦਿੰਦਾ ਜੀ। ਬਿਹਤਰ ਹੋ ਗਿਆ। ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਚੰਗੀ ਪਹਿਲਵਾਨ ਚੀਜ਼ ਦੇ। ਇਹ ਗੁੱਥੀ ਜਿਹੜਾ ਅਗਰ ਸਾਹਿਬ ਚੰਗੀ ਹੈ, ਮੱਝ ਦੀ ਮੱਝ ਹੈ ਗਾਂ ਦੀ, ਹੈ ਲਈ ਚੰਗੀ ਪਹਿਲਵਾਨ ਚੀਜ਼ ਹੈ ਮਾਸ਼ਾਅੱਲਾ ਜੀ। ਸੇ ਦੋਸਤਾਂ ਵੇਖਣੀ ਹੈ, ਚੰਗਾ ਚੌੜਾ ਮੱਝਾਂ ਦਾ ਲੇਖਾ ਪੁੱਠਾ ਵੇ ਗੱਬਣ ਜੀ। ਹਾਂਜੀ ਠੀਕ ਹੈ, ਚੈੱਕ ਕਰੋ ਮਾਸ਼ਾਅੱਲਾ। ਫਿਰ ਕਿਸ ਤਰ੍ਹਾਂ ਚੀਜ਼ਾਂ ਨੇ ਚੰਗਾ ਚੌੜਾ ਮੱਝਾਂ ਦਾ ਲੇਖਾ ਪੁੱਠਾ ਮਾਸ਼ਾਅੱਲਾ ਜੀ। ਲਿਬਾਸ ਵੀ ਦੋਸਤਾਂ ਵੇਖਣਾ ਵੀਡੀਓ ਦੇ ਵਿੱਚ, ਅਜੇ ਖਾਂਗੜ ਪਾਣੀ ਹੈ ਤੇ ਖਾਂਗੜ ਵੀ ਮਸਾਲੀ ਹੋਏਗੀ ਇਨਸ਼ਾਅੱਲਾ। ਇੱਕ ਖਾਂਗੜ ਵੀ ਹੈ ਲੇਕਿਨ ਉਹ ਵੀ ਪੂਰੀ ਅਸਲੀ ਤੇ ਨਸਲੀ ਹੈ। ਇੱਕ ਦੋਸਤਾਂ ਕੇ ਰਿਕਵੈਸਟ ਹੈ, ਅਗਲੇ ਦਿਨ ਵੀ ਸ਼ੇਅਰ ਦਾ ਤਰੀਕਾ ਦੱਸੇ ਜੇ ਗਾਈਆਂ ਜੇ ਪਸੰਦ ਸਾਡਾ ਮਾਲ ਪਸੰਦ ਹੈ, ਬਹੁਤਾ ਨਹੀਂ ਜੇ ਮਾਲ ਪਸੰਦ ਹੈ ਤੇ ਫਿਰ ਵੀਡੀਓ ਨੂੰ ਸ਼ੇਅਰ ਹਰ ਬੰਦੇ ਨੇ ਲਾਜ਼ਮੀ ਕਰਨਾ। ਬਿਲਕੁਲ ਜੀ, ਦੋਸਤਾਂ ਦਾ ਤਾਵਨ ਹੈ, ਸਾਡੀ ਹੌਸਲਾ ਅਫਜ਼ਾਈ ਹੋਈ ਹੈ ਜੀ। ਹੌਸਲਾ ਅਫਜ਼ਾਈ ਤੇ ਹੋਏਗੀ, ਮੈਂ ਨਹੀਂ ਕੋਈ ਕੱਖ ਵੀ ਮੰਗਦਾ ਜਾਂ ਕੋਈ ਇੰਜ ਕਰਦਾ ਕੋਈ ਇੰਜ ਕਰਦਾ ਨਹੀਂ ਕਹਿੰਦਾ, ਪਰ ਹਾਲ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ। ਮਾਸ਼ਾਅੱਲਾ ਜੀ, ਨੰਬਰ ਆ ਗਈ ਹੈ 2 ਤੇ ਡੋਗਰ ਸਾਹਿਬ ਕਿੰਨਵਾਂ ਸੁਆ ਨੇ ਸੁਣਾ ਸਾਹਿਬ, ਦੂਸਰਾ ਸੁਆ ਸੁਣਾ ਮੂੰਹ ਛਿੱਕੀ ਜੇ। 6 ਦੰਦ ਹੈ ਮਾਸ਼ਾਅੱਲਾ ਜੀ, ਰਵੇਲ ਵੇਖਣੀ ਹੈ, ਸਿਹਤ ਚੈੱਕ ਕਰਨੀ ਹੈ, ਸੁਆ ਦੂਸਰਾ ਸੁਣਾ ਤੇ ਹਲੇ 6 ਦੰਦ ਹੈ ਮਾਸ਼ਾਅੱਲਾ ਜੀ, ਹੈ ਵੀ ਸਾਊ ਹੈ। ਥਾਣਵੀ ਦੋਸਤਾਂ ਚੈੱਕ ਕਰਨੇ ਆ ਮਾਸ਼ਾਅੱਲਾ ਜੀ, ਨੰਬਰ ਆ ਗਈ ਹੈ 2 ਤੇ ਦੂਸਰਾ 6 ਦੰਦ ਮਾਸ਼ਾਅੱਲਾ ਜੀ, ਚੰਗੀ ਸ਼ਾਨਦਾਰ ਕੁਆਲਿਟੀ ਵਾਲੀ ਨਫਾਸਤ ਵਿੱਚ ਲਿਬਾਸ ਦੋਸਤਾਂ। ਫਿਰ ਚੈੱਕ ਕਰਨਾ, ਥਾਣਵੀ ਚੈੱਕ ਕਰਾ ਦਿੱਤੇ ਨੇ, ਕੀ ਨਸਲ ਹੈ ਡੋਗਰ ਸਾਹਿਬ ਦੀ? ਹਾਲਸਟੇਨ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਹੈ ਮਾਸ਼ਾਅੱਲਾ ਜੀ, ਨੰਬਰ ਆਈ ਹੈ 3 ਤੇ ਜੀ। ਡੋਗਰ ਸਾਹਿਬ ਕੀ ਕੀਮਤ ਹੈ ਜੀ? ਸਾਹਿਬ ਵੈੜੀ ਬੇਕੀਮਤੀ ਹੈ, ਕਿਸੇ ਭਰਾ ਦੋਸਤ ਨੂੰ ਪਸੰਦ ਹੋਏ ਫਾਈਨਲ ਯੈਸ ਤੇ ਨੋ, 4.5 ਲੱਖ ਰੁਪਏ ਦੀ। 4 ਲੱਖ ਤੇ 50,000 ਜੀ, ਬਿਹਤਰ ਹੋ ਗਿਆ ਮਾਸ਼ਾਅੱਲਾ ਜੀ। ਨੰਬਰ 2 ਤੇ ਚੈੱਕ ਕਰਾਈਏ ਕੀਮਤ ਡਿਮਾਂਡ 4.5। ਅੱਗੇ ਭਾਈ ਲਿਆਓ ਜੀ ਖਾਂਗੜ ਹੈ, ਤੋਹਫਾ ਐਂਡ ਤੇ ਚੈੱਕ ਕਰਾਉਂਦੇ ਹਾਂ ਦੋਸਤ। ਇਹ ਮਾਸ਼ਾਅੱਲਾ ਜੀ ਖਾਂਗੜ ਹੈ, ਵੀ ਚੁੰਗੀ ਹੈ, ਕੰਨ ਛੋਟੇ ਨੇ, ਕੱਦ ਚੰਗਾ ਵੇ, ਹਾਈਟ ਦੋਸਤਾਂ ਵੇਖਣੀ ਹੈ ਮਾਸ਼ਾਅੱਲਾ ਜੀ। ਦੌੜ ਲਓ, ਲਿਆਓ ਜੀ ਭਾਈ ਤਸਵਰ, ਆਓ ਲਿਆਓ ਮਾਸ਼ਾਅੱਲਾ ਜੀ। ਜੀ ਡੋਗਰ ਸਾਹਿਬ, ਅਸਲੀ ਤੇ ਨਸਲੀ ਖਾਂਗੜ ਬਿਆਨਾ ਕਰਨ ਰੱਖਣਾ ਚਾਹੇ ਰੱਖ ਸਕਦਾ, 70,000 ਰੁਪਏ ਦੀ ਕਿ ਨਾ ਲਈ ਦਾ ਵੱਛੀ ਤੇ ਮੈਂ ਰੱਖ ਲਾਂਗਾ, ਦੇਣੀ ਖਾਲੀ ਕਰਕੇ ਵੇ। ਤੇ ਇੱਕ ਹੋਰ ਗੱਲ, 100 ਚੋਂ ਕਹਿੰਦੇ ਨਾ 100-1000% ਗਾਂ ਵੀ ਗੱਬਨ ਨਿਕਲੇਗੀ ਇਨਸ਼ਾਅੱਲਾ ਜੀ। ਸੁਆ ਹੁਣ ਕਿੰਨਵਾਂ ਸੂਈ ਹੈ ਭਾਈ ਸਬਰ ਖਿਲਾਰੀ? ਪਹਿਲਾ ਸੁਆ ਸੂਈ ਹੈ, ਚੰਗੀ ਕਾਦਾਵਰ ਹੈ, 6 ਦੰਦ ਹੈ ਵੀ ਚੁੰਗੀ ਹੈ, ਕੰਨ ਛੋਟੇ ਨੇ, 20 ਦਿਨ ਹੋ ਗਏ ਨੇ ਕ੍ਰਾਸ ਹੋਈ ਹੈ, ਸੈਕਸ ਸਿਮਨ ਨਾਲ ਇਨਸੈਮੀਨੇਟ ਹੋਈ ਹੈ। ਥਾਣੀ ਦੋਸਤਾਂ ਚੈੱਕ ਕਰਾਂਗੇ ਭਾਈ, ਲੈ ਚਲੋ ਖੁਰਲੀ ਤੇ ਲੈ ਚਲੋ ਦੁੱਧ। ਕਿੰਨਾ ਡੋਗਰ ਸਾਹਿਬ ਦੇ ਕੋਲ? ਸਾਹਿਬ ਦੁੱਧ 10 ਕਿਲੋ
ਜਿੱਥੇ ਮਰਜ਼ੀ ਖਿਲਾਰ ਕੇ ਨਾ ਥਾਪੀ ਮਾਰ ਕੇ ਥੱਲੇ ਪਈਆਂ ਨੇ ਜੀ ਜ਼ਿੰਦਾਬਾਦ ਮਾਸ਼ਾਅੱਲਾ ਜੀ ਤੇ ਮਾਲਕ ਦੇ ਫਜ਼ਲ ਨਾਲ ਕਮੇਟੀ ਹੈ ਜਿੱਦਣ ਤਿਆਰ ਹੋ ਗਈ ਅੱਲਾ ਦੇ ਹੁਕਮ ਨਾਲ 5 ਲੱਖ ਰੁਪਈਏ ਦੀ ਜਿਹੜਾ ਇਹਦਾ ਮੁੱਲ ਲਾਣਾ ਇਹਨਾਂ ਮੁੱਲਾਂ ਦੀਆਂ ਤੇ ਲੋਕ ਛੋਟੀਆਂ ਕੰਜ ਵੱਛੀਆਂ ਵੇਚਦੇ ਨੇ ਵੇਂਦੇ ਹੋਵੇ ਜੀ ਤੇ ਦੁੱਧ ਕਿੰਨਾ ਦੱਸਿਆ 8 ਕਿਲੋ ਹਾਂ ਨਹੀਂ 6.5 ਕਿਲੋ 6.5 ਕਿਲੋ ਮਾਸ਼ਾਅੱਲਾ ਜੀ ਸ਼ਰਾਫਤ ਵੀ ਦੋਸਤਾਂ ਚੈੱਕ ਕਰਾਂਗੇ ਦੱਸਣ ਨੂੰ ਜਿੰਨਾ ਮਰਜ਼ੀ ਦੱਸਦੇ ਰਹੋ ਹੈ 6.5 ਕਿਲੋ ਤੇ ਉਹ ਵੇਖੋ ਜੀ ਪਿੱਛੇ ਉਧਰ ਕੈਮਰਾ ਮਾਰੇ ਚੋਰੀ ਨਾਲ ਮਾਸ਼ਾਅੱਲਾ ਜੀ ਡੋਗਰ ਸਾਹਿਬ ਦੀ ਸਾਹਿਬਜ਼ਾਦੀ ਹੈ ਜੀ ਕਿਆ ਹੋਇਆ ਗਾਇ ਦੇਖਣੀ ਹੈ ਗਾਇ ਦੇਖਣੀ ਹੈ ਸਾ ਦੇਖਤੇ ਆ ਵੀ ਇਧਰ ਮਾਰੋ ਦੋ ਦਿਖਾਏ ਭਾਈ ਆ ਚੈੱਕ ਕਰੋ ਮਾਸ਼ਾਅੱਲਾ ਹਾਂ ਭਾਈ ਇਹ ਦੇਖੇ ਨਾ ਇਬਾ ਬੇਟਾ ਦੁੱਧ ਡੋਗਰ ਸਾਹਿਬ ਅੱਗੇ ਜ਼ਿਕਰ ਕੀਤਾ ਨਾ ਕਿ ਗਾਂ ਰੱਖੀ ਬੱਚਿਆਂ ਦੇ ਦੁੱਧ ਵਾਸਤੇ ਹਾਂਜੀ ਤੇ ਉਹ ਤੁਸੀਂ ਸੇਲ ਕਰਨ ਲੱਗੇ ਵਾਲੀ ਫਰਾ ਸਾਹਿਬ ਇੱਕ ਹੋਰ ਆ ਗਈ ਹੈ ਨਾ ਨਹੀਂ ਆ ਗਈ ਹੈ ਫਰਾ ਸਾਹਿਬ ਵੇਖੋ ਗਾਂ ਪਸਮੀ ਹੈ ਕਿੰਜ ਸੋਹਣੀ ਪਸਮੀ ਹੈ ਲਾ ਪਸਮਾ ਚਵਾ ਦੀ ਚੰਗੀ ਹੈ ਵੇਖੋ ਮਾਸ਼ਾਅੱਲਾ ਜੀ ਤੇ ਸੌ ਸੀਲ ਕਿੰਜ ਹੈ ਵੇਖੋ ਹਾਂ ਠੀਕ ਹੈ ਜੀ ਜ਼ਿੰਦਾਬਾਦ ਐ ਰੰਗਤ ਵੀ ਚੈੱਕ ਕਰਾਇਆ ਚੈੱਕ ਕਰੋ ਮਾਸ਼ਾਅੱਲਾ ਜੀ ਦੁੱਧ ਵੀ ਸਫੇਦ ਐ ਵੇਖੋ ਗੱਡ ਵੀ ਭਰ ਗਈ ਹੈ ਹਈ ਇੱਕ ਥਣ ਚ ਆਉਂਦੇ ਆ ਗੜਵੀ ਭਰ ਗਏ ਜਿਹੜਾ ਦੁੱਧ ਦੱਸਿਆ ਹੈ ਨਾ 6.5 ਕਿਲੋ ਉਹ ਪੱਕਾ ਤੇ ਇੱਕ ਹੋਰ ਗੱਲ ਮਾਲਕ ਦੇ ਫਜ਼ਲ ਨਾਲ ਦੁੱਧ ਵੈੜੀ ਕਿਸੇ ਦੇ ਘਰ ਜਾ ਕੇ ਵੀ ਨਾ ਕਿਸੇ ਦੇ ਘਰ ਜਾ ਕੇ ਵੀ ਥੋੜਾ ਜਿਹਾ ਮੌਸਮ ਚੇਂਜ ਹੁੰਦਾ ਪੱਠਾ ਦੱਥਾ ਹੁੰਦਾ ਐੜੀ ਦੁੱਧ 9-10 ਕਿਲੋ ਕਰੇਗੀ ਨਸਲ ਕੀ ਡਾਕਟਰ ਸਾਹਿਬ ਦੀ ਉਹ ਦੱਸ ਕੇ ਕਾਸ਼ੀ ਉੱਧਰ ਰੱਖੀ ਗਈ ਨਸਲ ਕੀ ਜਿਹਦੀ ਹੈ ਉਹ ਦੱਸ ਕੇ ਦਿੱਤਾ ਫਰੀਜ਼ਿੰਗ ਤੇ ਕਰਾਸ ਕੀਮਤ ਇੰਜ ਦੀਆਂ ਇਹਨੇ ਤੇ ਜਿੰਨਾ ਦਾ ਦੁੱਧ ਕੀ ਨਾਲ ਦੁੱਧ ਦੇਣਾ ਨਾ ਦੁੱਧ ਤੋਂ ਹੀ ਇਹਨੇ ਤਿਆਰ ਹੋਈਆਂ ਨੇ ਕਾਂਜੀ ਵੱਛੀਆਂ ਜਿਹੜੀਆਂ ਖੀਰੀਆਂ ਹੁੰਦੀਆਂ ਨਾ ਉਹ 2-2 ਲੱਖ ਦੀਆਂ ਲੋਕ ਲੈ ਕੇ ਵੰਨ ਲਵਾਉਂਦੇ ਨੇ ਇਸ ਕਰਮਾਲੀ ਨੇ ਜਿੰਨੇ ਦੀ ਹੈ ਵੇ ਉਦੋਂ ਬਹੁਤਿਆਂ ਦੇ 2-3 ਮਹੀਨੇ ਚ ਦੁੱਧ ਦੇ ਹੜਨਾ 170 ਰੁਪਈਏ ਕਿਲੋ ਦੁੱਧ ਵਿਕਦਾ ਜਿੰਨੇ ਦੀ ਲੈਣੀ ਹੈ ਉਹਨੇ ਦਾ ਕਰਮਾਲੀ ਨੇ ਦੁੱਧ ਦੇ ਹੜਨਾ ਕੀ ਕੀਮਤ ਹੈ ਡਾਕਟਰ ਸਾਹਿਬ ਦੀ ਭਰਾ ਸਾਹਿਬ ਫਾਈਨਲ ਯੈਸ ਤੇ ਨੋ ਵਾਲੀ ਗੱਲ ਹੋਣੀ ਹੈ ਖਾਂਗੜੀਆਂ ਦੇ ਰੇਟ ਫਾਈਨਲ ਹੀ ਹੁੰਦੇ ਨੇ 2 ਲੱਖ ਤੇ 10 ਹਜ਼ਾਰ ਦੀ ਦੇਣੀ ਹੈ ਪਿਛਲੀ ਵੀਡੀਓ ਚ 2 ਖਾਂਗੜੀਆਂ ਪਈਆਂ ਹਨ ਅੱਗੋਂ ਜਿੰਨਾਂ ਲਈਆਂ ਮੱਝ ਪਈ ਸੀ ਤੇ ਗਾਂ ਪਈ ਸੀ ਮੱਝ ਮੇਰੀ ਘਰ ਵਾਲੀ ਸੀ ਗਾਂ ਵੱਛੀ ਵਾਲੀ ਸੀ ਅੱਗੋਂ ਬੰਦੇ ਨਫਾ ਦਿੰਦੇ ਹਨ ਵੇਖ ਗਈਆਂ ਟੋਕਨ ਦੇ ਉੱਤੇ ਸੌਦਾ ਡਨ ਹੋਣਾ ਜ਼ਿੰਦਾਬਾਦ ਅੱਗੇ ਲਿਆਓ ਜੀ ਤਸਵਰ ਸਾਹਿਬ ਮਾਸ਼ਾਅੱਲਾ ਜੀ ਰਿਕਾਰਡ ਹੋਲਡਰ 35-40 ਕਿਲੋ ਦਾ ਰਿਕਾਰਡ ਹੈ ਤੇ ਹਰ ਵੀਡੀਓ ਚ ਇਹੋ ਜਿਹਾ ਤੋਹਫਾ ਸ਼ਾਮਿਲ ਨਹੀਂ ਹੁੰਦਾ ਤੇ ਡੋਗਰ ਸਾਹਿਬ ਦੀ ਮਾਸ਼ਾਅੱਲਾ ਜੀ ਮਿਹਨਤ ਕੇ ਦੋਸਤਾਂ ਨੂੰ ਚੰਗਾ ਸ਼ੋਅ ਕਰਾਉਂਦੇ ਨੇ ਪੂਰੀ ਬ੍ਰਾਂਡ ਚੀਜ਼ ਹੈ ਟੋਰਿਓ ਭਾਈ ਤਸਵਰ ਤੇ ਜਿਹੜਾ ਥੱਲੇ ਮੈਦਾਨ ਲਾਇਆ ਦੋਸਤਾਂ ਉਹ ਚੈੱਕ ਕਰਨਾ ਮਾਸ਼ਾਅੱਲਾ ਜੀ ਐਤਕੀ 45-50 ਲੀਟਰ ਦੁੱਧ ਵੱਛੀ ਕਰੇਗੀ ਜ਼ਿੰਦਾਬਾਦ ਤੇ ਵੇਖੋ ਆ ਕਿੰਜ ਪੀੜੀ ਦੇ ਪਾਵਾਂਗੇ ਦਏ ਮਾਸ਼ਾਅੱਲਾ ਜੀ ਚੰਗਾ ਚੋਰਸ ਲਿਬਾਸ ਹੈ ਡੋਗਰ ਸਾਹਿਬ ਮੰਨਦਾ ਵੇ ਜਾਂ ਡੇਢ ਮੰਨਦਾ ਹੈ ਰਾਜ ਸਾਹਿਬ ਜਿੰਨਾ ਮਰਜ਼ੀ ਕਹਿ ਲਓ ਇੰਜ ਬੰਦੇ ਖਿਲਾਰਦੇ ਨੇ ਇੱਧਰ ਵੇਖੋ ਐ ਸਾਹਮਣੇ ਆ ਕੇ ਦੱਸੋ ਇਹਦੇ ਤੇ ਬੰਦਾ ਵੇ ਜੰਜੂ ਹੁਣ ਤੁਸੀਂ ਇੰਜ ਭਰਾ ਬਾਵਾ ਖਿਲਾਰਦੇ ਨੇ ਇੰਨੀਆਂ ਤੇ ਨਹੀਂ ਖਿਲਾਰਨੀਆਂ ਜੇ ਵੇਖੋ ਖਿਲਾਰਨ ਨੂੰ ਦਿਲ ਵੀ ਕਰ ਇਹਦੇ ਤੇ ਬੰਦਾ ਮਾਸ਼ਾਅੱਲਾ ਜੀ ਤੁਸੀਂ ਜੰਜ ਬਾਵਾ ਖਿਲਾਰੀਏ ਨਾ ਕਰ ਜੰਮਦੀਆਂ ਹੀ ਨਹੀਂ ਇਹ ਡੋਗਰ ਸਾਹਿਬ ਹਰ ਵੀਡੀਓ ਤੇ ਸ਼ਾਮਲ ਹੀ ਨਹੀਂ ਹੁੰਦੀਆਂ ਮਾਸ਼ਾਅੱਲਾ ਜੀ ਐ ਵੀ ਬੋਦੀ ਵਾਲੀ ਹੈ ਮੋਨੀ ਹੈ ਮਾਸ਼ਾਅੱਲਾ ਜੀ ਪ੍ਰਿੰਟ ਦੇ ਵਿੱਚ ਜਦੋਂ ਵੀ ਚੰਗੀ ਗਾਂ ਦਾ ਸ਼ੌਕ ਕਰਾਇਆ ਸਿਆਲਕੋਟ ਦੇ ਵਿੱਚੋਂ ਆਹ ਦੋਵਾਂ ਭਰਾਵਾਂ ਇਕਰਾਇਆ ਬਿਲਕੁਲ ਮਾਸ਼ਾਅੱਲਾ ਜੀ ਡੋਗਰ ਸਾਹਿਬ ਅੱਛਾ ਸ਼ੋਅ ਕਰਾਉਂਦੇ ਆ ਚੈੱਕ ਕਰੋ ਹਾਂ ਬ੍ਰਾਂਡ ਲੈ ਕੇ ਆ ਗਏ ਉਹ ਪੂਰੀ ਨਾਮੀ ਗ੍ਰਾਮੀ ਚੀਜ਼ ਖਿਲਾ ਰਹੇ ਬੰਦੇ 4 ਲੱਖ ਤੋਂ ਤਾਂ ਜਾਂਦੇ ਨੇ 4 ਲੱਖ ਤੋਂ ਤਾਂ ਜਾਂਦੇ ਨੇ ਤਾਂ ਲੰਦਾ ਲੱਤਾਂ ਕੰਬਣ ਲੱਗ ਪੈਂਦੀਆਂ ਨੇ ਕਿ ਏਡੀ ਮਹਿੰਗੀ ਲੈ ਕੇ ਵੇਚਾਂਗਾ ਕਿੱਥੇ ਜੀ ਜੀ
ਸ਼ਰਾਫਤ ਵੇਖਣੀ ਹੈ, ਕਾਲੇ ਥਣ ਲੱਗੇ ਮਾਸ਼ਾਅੱਲਾ ਜੀ, ਲਿਬਾਸ ਹੈ ਜਿਹੜਾ ਪਿਛਲੀ ਸਾਈਡ ਤੇ ਵੀ ਨਜ਼ਰ ਆਉਂਦਾ ਪਿਆ, ਫਰੰਟ ਸਾਈਡ ਤੇ ਵੀ ਨਜ਼ਰ ਆਉਂਦਾ ਪਿਆ, ਮੁਕੰਮਲ ਜਸਾਮਤ ਦੋਸਤਾਂ ਵੇਖਣੀ ਭਾਈ ਇੱਥੇ ਖਿਲਾਰਨੀ, ਖੂਬਸੂਰਤੀ ਚੈੱਕ ਕਰਨੀ ਮਾਸ਼ਾਅੱਲਾ ਜੀ, ਪ੍ਰਿੰਟ ਜ਼ਬਰਦਸਤ ਹੈ ਤੇ ਥਾਣਿਆਂ ਜੀ ਜਿਵੇਂ ਪੀੜੀ ਦੇ ਪਾਵੇ ਲੱਗੇ ਹੋਣ, ਸਵਾ ਦੂਸਰਾ ਸੋਹਣਾ ਡੋਗਰ ਸਾਹਿਬ ਹੁਣ ਇਹਨੇ ਜੀ ਜ਼ਿੰਦਾਬਾਦ ਮਾਸ਼ਾਅੱਲਾ ਜੀ, ਚੰਗਾ ਨਜ਼ਾਰਾ ਕਰਾਂਦੀ ਹੈ ਭਈ, ਸੁਬਾ ਦੂਸਰਾ ਸੋਹਣਾ ਪਿਛਲੇ ਸੂਬੇ ਦਾ ਜੀ ਜੀ, ਜਿਹੜਾ ਬੰਦਾ ਵੀਡੀਓ ਦੇ ਉੱਤੇ ਇਹ ਗੱਲ ਲਿਖ ਪੜ ਲਵੋ ਕਿ ਵੀਡੀਓ ਦੇ ਵਿੱਚ ਛੋਟੀ ਜਿਹੀ ਆਪਦੀ ਹੈ, ਜਿਹੜਾ ਬੰਦਾ ਆ ਕੇ ਡੇਰੇ ਵੇਖੇਗਾ ਨਾ ਵੱਛੀ ਇਹ ਆਖੇਗਾ ਲਾਜ਼ਮੀ ਕਿ ਇੰਜਨੀਅਰ ਘਰ ਕਰ ਜਾ। ਮਾਸ਼ਾਅੱਲਾ ਜੀ ਆ ਚੈੱਕ ਕਰੋ ਜੀ, ਕਿੰਜ ਪਿਛਲੀ ਸਾਈਡ ਤੇ ਲਿਬਾਸ ਨਜ਼ਰ ਆਉਂਦਾ ਪਿਆ, ਸੁਬਾ ਦੂਸਰਾ ਸੋਹਣਾ, ਪੁੱਠਾ ਵੀ ਦੋਸਤਾਂ ਵੇਖ ਲੈਣਾ ਵੇ, ਪਿਛਲੇ ਸੂਏ ਦਾ ਰਿਕਾਰਡ ਵੀ ਚੰਗਾ, ਇੱਕ ਹੋਰ ਗੱਲ ਪੂਰੀ ਨਵਾਂ ਚੀਜ਼ ਹੈ ਮਾਸ਼ਾਅੱਲਾ, ਜਨਮਨ ਮੋਨੀ ਹੈ ਵੀ ਬੋਧੀ ਵਾਲੀ ਮਾਸ਼ਾਅੱਲਾ ਜੀ, ਮਾਸ਼ਾਅੱਲਾ ਕਹੋ ਭਾਈ ਸਬਰ ਮਾਸ਼ਾਅੱਲਾ, ਇਹ ਚੈੱਕ ਕਰੋ ਜੀ ਜੀ, ਬੱਚੀ ਮੇਰੀ ਪਸੰਦ ਆਉਣੀ ਹੈ ਸਾਰਿਆਂ ਭਰਾਵਾਂ ਦਾ ਜੀ ਜੀ, ਸ਼ੇਅਰ ਲਾਜ਼ਮੀ ਅੱਜ ਵੀਡੀਓ ਕਰਨੀ, ਸ਼ੇਅਰ ਨਾ ਕੀਤੀ ਤਾਂ ਮੈਂ ਵੀ ਸਾਰਿਆਂ ਤੋਂ ਹੀ ਨਾਰਾਜ਼ ਹਾਂ, ਇਹ ਜਿਹਦੀ ਤਾਂ ਬੰਦੀ ਸ਼ੇਅਰ, ਸ਼ੇਅਰ ਵੀਡੀਓ ਲਾਜ਼ਮੀ ਕਰਨੀ ਹੈ, ਨਾ ਕੀਤੀ ਤੇ ਫਿਰ ਅਗਲੀ ਪਤਾ ਤੇ ਲੱਗ ਹੀ ਜਾਣਾ ਤੇ ਫਿਰ ਇੰਦਾ ਠਰਕ ਮੈਂ ਵੀ ਨਹੀਂ ਕਰਵਾਉਣਾ ਜੀ, ਬਿਹਤਰ ਹੋ ਗਿਆ, ਨਸਲ ਕੀ ਡੋਗਰ ਸਾਹਿਬ, ਸ਼ੇਅਰ ਕਰਦੇ ਨੇ ਹੌਸਲਾ ਅਫਜ਼ਾਈ ਕਰਦੇ ਨੇ ਤੇ ਫਿਰ ਹੀ ਅਸੀਂ ਵੀ ਠਰਕ, ਕੀ ਨਸਲ ਹੈ ਡੋਗਰ ਸਾਹਿਬ ਦੀ, ਫਰਾਜ਼ ਸਾਹਿਬ ਅਮਰੀਕਨ ਫਰੀਜ਼ੀਅਨ ਦੇ ਚੋਲਸ ਦਾ ਨਹੀਂ ਕਰਾਸ, ਇੰਜ ਦੀਆਂ ਸ਼ਾਵਾਂ ਦੀਆਂ ਨਸਲਾਂ ਬੰਦੇ ਕਹਿੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ, ਕਹਿੰਦੇ ਨੇ ਨਸਲਾਂ ਦੱਸ ਕੇ ਵੇਚਣੀਆਂ, ਕੀ ਵੇਚਣੀਆਂ ਸਾਨੂੰ ਤੇ ਪਤਾ ਹੈ, ਬਰਹਾਲ ਚੀਜ਼ ਵੇਖੋ, ਅਮਰੀਕਨ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ, ਤਸਵਰ ਸਾਹਿਬ ਫੇਰ ਲਿਆਓ ਜ਼ਰਾ, ਇਹ ਗੋਰੀ ਮੈਡਮ ਕਹਿ ਲਓ ਭਾਏ ਨੂੰ, ਰੀਬਾ ਬੇਟਾ ਇਹ ਪਿਆਰੀ ਹੈ, ਵੇਖੋ ਨਾ ਸਾਡੀ ਧੀ ਰਾਣੀ ਪਸੰਦ ਕੀਤੀ ਹੈ ਮਾਸ਼ਾਅੱਲਾ, ਮਾਸ਼ਾਅੱਲਾ ਜੀ, ਲਿਆਓ ਜੀ ਭਾਈ ਸਬਰ, ਚੰਗੀ ਸ਼ਾਨਦਾਰ ਕੁਆਲਿਟੀ ਵਾਲੀ ਚੀਜ਼ ਹੈ, ਅੱਜ ਦੀ ਵੀਡੀਓ ਦਾ ਚਿਹਰਾ ਮੋਹਰਾ ਵੇ, ਬਲਕਿ ਕੋਈ 100 ਜਾਂ 1000 ਵੀਡੀਓ ਹੋਏ ਤੇ ਉਹਦੇ ਵਿੱਚ ਹੀ ਬਾਜ਼ ਕਾਤ ਇਹੋ ਜਿਹਾ ਜਾਨਵਰ ਸ਼ਾਮਿਲ ਹੁੰਦਾ, ਅਮਰੀਕਨ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ, ਇਹ ਥਣਾ ਦੀ ਵੰਡ ਵੀ ਪਿਆਰੀ ਹੈ, ਲੈ ਆਵੋ ਜੀ, ਜੀ ਡੋਗਰ ਸਾਹਿਬ ਕੀ ਰੇਟ ਹੈ ਜੀ ਇਹਦਾ, ਸਾਹਿਬ ਕਿਸੇ ਭਰਾ ਦੋਸਤ ਨੂੰ ਪਸੰਦ ਹੈ, ਫੋਨ ਦੇ ਉੱਤੇ ਰੇਟ ਦੱਸਾਂਗੇ, ਪਿਆਰ ਮੁਹੱਬਤ ਹੋਈ ਇਹਦਾ ਹੀ, ਗੱਲ ਗੱਲ ਸੋਚ ਸਮਝ ਤੋਂ ਸਸਤੀ ਦੇਵਾਂਗੇ ਯਾਰ, ਜੀ ਬਿਹਤਰ ਹੋ ਗਿਆ ਮਾਸ਼ਾਅੱਲਾ, ਕਹਿੰਦੇ ਨੇ ਕਿ ਰੇਟ ਕੀ ਨਾ ਲਈਦਾ ਫੋਨ ਦੇ ਉੱਤੇ ਕਰ ਲੈਂਦੇ ਨੇ, ਦੱਸਦੇ ਨਹੀਂ ਹੈ, ਅਸੀਂ ਸੋਚ ਤੋਂ ਬਾਅਦ ਮੁਹੱਬਤ ਕਰਾਂਗੇ, ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ, ਮਜ਼ੀਦ ਦੇ ਦੋਸਤਾਂ ਵਾਸਤੇ ਪੈਗਾਮ, ਫਿਰ ਵੇਖਿਓ ਕੀ ਕਿਹਾ ਜੇ, ਮੈਟ ਤੇ ਆਂਦੇ ਗਾਣ ਫਿਰ ਦਰਸ਼ਨ ਕਰਿਓ ਕਾਂ ਦੇ, ਠੀਕ ਲਿਆਓ ਜੀ ਮੈਟ ਤੇ, ਵੇਖੋ ਨਾ ਇੰਨੀ ਸੇਵਾ ਹੋ ਸਕਦਾ ਇਨਸਾਨਾਂ ਦੀ ਨਾ ਹੋਏ ਜਿੰਨੀ, ਮਾਸ਼ਾਅੱਲਾ ਐਡੀ ਦੂ ਲਗਾ ਜੰਮਦੀ ਨੇ ਫਰਾਜ਼ ਸਾਹਿਬ, ਬਿਲਕੁਲ ਜੀ, ਹੁਣ ਵਾਓ ਮਾਸ਼ਾਅੱਲਾ ਜੀ, ਆ ਚੈੱਕ ਕਰੋ ਕਰਮਾਲੀ ਦੇ ਕਿਹੜਾ ਥਣ ਕਰਨ ਲੱਗਾ, ਬੈਕ ਸਾਈਡ ਤੇ ਆ ਕੇ ਦੇਖੋ ਜ਼ਰਾ, ਆ ਚੈੱਕ ਕਰੋ ਮਾਸ਼ਾਅੱਲਾ ਜੀ, ਕਾਲੇ ਥਣ ਲੱਗੇ ਨੇ, ਥਣ ਵੀ ਦੋਸਤਾਂ ਵੇ, ਫੁਸ਼ਲ ਪੜੋ ਜ਼ਰਾ, ਥਣ ਵੀ ਜ਼ਰਾ ਦੋਸਤਾਂ ਨਜ਼ਰ ਆਉਣ, ਆ ਚੈੱਕ ਕਰੋ ਮਾਸ਼ਾਅੱਲਾ ਜੀ, ਥਣ ਵੀ ਦੋਸਤਾਂ ਵੇਖ ਲੈਣੇ, ਠੀਕ ਮਜ਼ੀਦ ਕੋ ਪੈਗਾਮ ਡੋਗਰ ਸਾਹਿਬ, ਫਰਾ ਸਾਹਿਬ ਬਸ ਪੈਗਾਮ ਇਹ ਹੀ ਐਂਡ ਦੇ ਵੀ ਕਹਾਂਗਾ, ਵੀਡੀਓ ਨੂੰ ਸ਼ੇਅਰ ਤੇ ਕਮੈਂਟ ਤੇ ਲਾਈਕ ਬੰਦਾ ਜੇ ਮੈਂ ਵੀ ਰਿਕੁਐਸਟ ਕਰਨਾ ਕਿ ਕਮ ਸੇ ਕਮ 2-2 4-4 ਸ਼ੇਅਰ ਫੀ ਦੋਸਤ ਮਾਰੇ।
ਜੀ ਡੋਗਰ ਸਾਹਿਬ ਬਹੁਤ ਸ਼ੁਕਰੀਆ ਮਾਸ਼ਾਅੱਲਾ ਜੀ, ਅੱਛਾ ਸ਼ੋਅ ਕਰਾਇਆ, ਪੂਰੀ ਯਾਦਗਾਰ ਵੀਡੀਓ ਮਾਸ਼ਾਅੱਲਾ ਜੀ, ਜਾਨਵਰ ਚੰਗੇ ਨੇ, ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ ਦੀ, ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।